ਇੱਕ ਸਿਆਬੀ ਰਸੂਲ ਹੈ ਜਿਹਦਾ ਨਾਂ ਹਜ਼ਰਤ ਉਮਰ ਬਿਨ ਜਮੂਹ। ਕਰ ਸ਼ਬਦ ਵਜੋ ਹੈ ਕੀ ਸਿਆਬੀ ਦਾ ਨਾਂ ਹੈ? ਐਸੀ ਲੰਗੜਾ ਹੈ ਸੀ ਤੇ ਨਬੀ ਪਾਕ ਅਲੈਹਿ ਸਲਾਮ ਦੀ ਬਾਰਗਾਹ ਚ ਆਇਆ ਤੇ ਕਹਿੰਦਾ ਆਕਾ ਮੈਨੂੰ ਸ਼ਹਾਦਤ ਦਾ ਬੜਾ ਸ਼ੌਕ ਹੈ। ਕੀ ਸਰਕਾਰ ਨੇ ਫਰਮਾਇਆ? ਅੰਨੇ ਉੱਤੇ ਵੀ ਜਹਾਦ ਫਰਜ਼ ਨਹੀਂ ਤੇ ਲੰਗੜੇ ਉੱਤੇ ਵੀ, ਲੇਕਿਨ ਆਂਦਾ ਆਕਾ ਪਤਾ ਮੈਨੂੰ ਵੀ ਆਇਆ ਵਾ ਅੰਨੇ ਉੱਤੇ ਲੰਗੜੇ ਉੱਤੇ ਜਹਾਦ ਫਰਜ਼ ਨਹੀਂ ਪਰ ਮੈਨੂੰ ਸ਼ੌਕ ਬੜਾ ਸ਼ਹਾਦਤ ਦਾ। ਏਡੇ ਵੇਖਿਆ ਤੇ ਨਬੀ ਕਰੀਮ ਅਲੈਹਿ ਸਲਾਮ ਦਾ ਦਰਬਾਰ ਜਦੋਂ ਤਲਵਾਰ ਲੈ ਕੇ ਚੱਲਿਆ, ਜਦੋਂ ਸਤਾਰਾ ਕਾਫਰ ਮਾਰੇ ਅਖੀਰ ਦੀ ਬਾਕੀ ਜਵਾਨ ਨੂੰ ਜ਼ਰਬ ਲੱਗੀ, ਜਵਾਨ ਡਿੱਗ ਪਿਆ। ਜਦੋਂ ਸਿਆਬੀ ਵਾਰ ਗਏ ਨਬੂਵਤ ਚਾਇਆ, ਅਰਜ਼ ਕਰਦਾ ਯਾ ਰਸੂਲ ਅੱਲਾ ਹਜ਼ਰਤ ਉਮਰ ਬਿਨ ਜਮੂ ਸ਼ਹੀਦ ਹੋ ਗਏ, ਮੇਰੇ ਨਬੀ ਪਾਕ ਹੱਸਣ ਲੱਗ ਪਏ। ਸਿਆਬਾ ਨੇ ਅਰਜ਼ ਕੀਤੀ ਯਾ ਰਸੂਲ ਅੱਲਾ ਇਹਦੇ ਵਿੱਚ ਹੱਸਣ ਦੀ ਕੀ ਵਜ੍ਹਾ ਹੈ? ਸਰਕਾਰ ਨੇ ਫਰਮਾਇਆ ਜੋ ਮੈਂ ਵੇਖਿਆ ਉਹ ਤੁਸਾਂ ਨਹੀਂ ਵੇਖਿਆ। ਅਰਜ਼ ਕੀਤੀ ਯਾ ਰਸੂਲ ਅੱਲਾ ਦੱਸਿਆ ਜਾਏ। ਸਰਕਾਰ ਨੇ ਫਰਮਾਇਆ ਤੁਸਾਂ ਵੇਖਿਆ ਉਮਰ ਬਿਨ ਜਮੂ ਸ਼ਹੀਦ ਹੋਇਆ, ਮੈਂ ਵੇਖਿਆ ਜੰਨਤ ਦਾ ਮੇਨ ਬਾਜ਼ਾਰ ਖੁੱਲਿਆ, ਮੈਂ ਵੇਖਿਆ ਤੇ ਜੰਨਤ ਦੇ ਮਕਾਨ ਦੇ ਉੱਤੇ ਜੰਨਤ ਦੀਆਂ ਹੂਰਾਂ ਲਟਕ ਕੇ ਵੇਨੀਆਂ ਨੇ। ਮੇਨ ਬਾਜ਼ਾਰ ਦੇ ਅੰਦਰ ਮੇਰਾ ਹਜ਼ਰਤ ਉਮਰ ਬਿਨ ਜਮੂ ਲੰਗੜਾ ਸਿਆਬੀ ਚੱਲਦਾ, ਜਦੋਂ ਅੰਜ ਕਰਕੇ ਪੱਖ ਮਾਰਦਾ, ਇਸ ਲੰਗੜੇ ਪੰਨ ਵੱਲ ਵੇਖ ਕੇ ਜੰਨਤ ਦੀਆਂ ਹੂਰਾਂ ਦਾ ਹਾਸਾ ਨਿਕਲਿਆ ਹੈ। ਹਜ਼ੂਰ ਫਰਮਾਉਂਦੇ ਨੇ ਮੇਰਾ ਸਿਆਬਾ ਉਹਨਾਂ ਹੂਰਾਂ ਦੇ ਹਾਸੇ ਵੱਲ ਵੇਖ ਕੇ ਮੈਂ ਮੁਹੰਮਦ ਦਾ ਵੀ ਹਾਸਾ ਨਿਕਲ ਗਿਆ।